ਚਾਈਨਾ ਦੇ ਵਿੱਚ 23000 ਬੱਚਾ ਐ ਐਮਬੀਬੀਐਸ ਕਰਨ ਗਿਆ ਚਾਈਨਾ 'ਚ ਇੱਕ ਪਾਸੇ ਜਾਇਨਾਂ ਨੂੰ ਗਾਲਾਂ ਕੱਢਦੇ ਆ ਇੱਕ ਯੂਕਰੇਨ ਜਿੱਥੇ ਲੜਾਈ ਲੱਗੀ ਐ ਅੱਜ 18000 ਬੱਚਾ ਸਾਡਾ ਐਮਬੀਬੀਐਸ ਕਰ ਰਿਹਾ ਤੇ 18000 ਠੀਕ ਐ ਰਸ਼ੀਆ ਦੇ ਵਿੱਚ 16000 ਠੀਕ ਐ ਐਂਡ ਫਿਲਪਾਈਨ ਦੇ ਵਿੱਚ 15000 ਨੋਟ ਕਰੀ ਚੱਲੋ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਫਿਗਰ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਆ ਇੱਕ ਮੁਲਕ ਹੈ ਜੀ ਕ੍ਰੈਗਿਸਤਾਨ ਇਹ ਦੋ ਮੁਲਕ ਹੈ ਇੱਕ ਕਾਜ਼ਕਿਸਤਾਨ ਹੈ ਇੱਕ ਕ੍ਰੈਗਿਸਤਾਨ ਹੈ ਕ੍ਰੈਗਿਸਤਾਨ ਦੇ ਵਿੱਚ 10000 ਸਾਡਾ ਬੱਚਾ ਜੌਰਜੀਆ ਦੇ ਵਿੱਚ 7500 ਆ ਠੀਕ ਹੈ ਐਂਡ ਬੰਗਲਾਦੇਸ਼ ਦੇ ਵਿੱਚ 5200 ਹੁਣ ਇੱਥੇ ਰੁਕਦਾ ਬੰਗਲਾਦੇਸ਼ ਤੇ ਮੈਨੂੰ ਸ਼ਰਮ ਆਉਂਦੀ ਹੈ ਤੁਹਾਨੂੰ ਆਉਂਦੀ ਆ ਬੰਗਲਾਦੇਸ਼ ਚ ਇੰਡੀਆ ਦਾ 5200 ਬੱਚਾ ਡਾਕਟਰੀ ਕਰਨ ਗਿਆ ਜਿਹੜੀ ਸਭ ਤੋਂ ਬੁਰੀ ਹਾਲਤ ਹੈ ਉਸ ਮੁਲਕ ਦੀ ਸਾਡੀਆਂ ਵਰਡ ਕੈਂਸਰ ਦੀਆਂ ਟੀਮਾਂ ਉੱਥੇ ਵੀ ਸੇਵਾ ਕਰ ਰਹੀਆਂ ਨੇ ਬੰਗਲਾਦੇਸ਼ ਦੇ ਵਿੱਚ ਤੇ ਮੈਂ ਹਰ ਦੋ ਤਿੰਨ ਮਹੀਨੇ ਬਾਅਦ ਵਿਜ਼ਿਟ ਕਰਦਾ ਹਾਂ ਢਾਕਾ ਚ ਇੰਨੀ ਬੁਰੀ ਹਾਲਤ ਹੈ ਤੇ ਸਾਡੇ ਬੱਚੇ ਇੱਕ ਇੰਡੀਆ ਮੀਰ ਮੁਲਕ ਉਹਦੇ ਕੰਪੈਰੀਟਿਵਲੀ ਸਾਡੇ ਬੱਚੇ ਉੱਥੇ ਡਿਗਰੀ ਕਰਨਗੇ ਲੀਡਰੋ ਸ਼ਰਮ ਆਉਂਦੀ ਹੈ ਜੋ ਮੁਲਕ ਨੂੰ ਚਲਾ ਰਹੇ ਹੋ ਮਰ ਜੋ ਸ਼ਰਮਣਾ ਬੰਗਲਾਦੇਸ਼ ਚ ਬੱਚੇ ਸਾਡੇ ਡਾਕਟਰੀ ਕਰਨ ਗਏ ਆਮ ਅੱਗੇ ਚੱਲਦਾ ਆ ਫਿਰ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਜਿਹੜੀ ਮੈਂ ਗੱਲ ਕਰ ਰਿਹਾ ਫੈਕਟਸ ਐਂਡ ਫਿਗਰਸ ਤੇ ਬੇਸ ਤੇ ਕਰ ਗੱਲ ਕਰ ਰਿਹਾ ਉਸ ਤੋਂ ਬਾਅਦ ਕਾਜ਼ਾਕਿਸਤਾਨ ਆ ਗਿਆ 5200 ਬੱਚਾ ਸਾਡਾ ਉੱਥੇ ਆ ਪੋਲੈਂਡ ਦੇ ਵਿੱਚ 4000 ਹੈ ਜੀ ਠੀਕ ਹੈ ਤੇ ਅਰਮੀਨੀਆ ਦੇ ਵਿੱਚ ਹੈਗਾ 3000 ਇੰਨਾ ਬੱਚਾ ਸਾਡਾ ਬਾਹਰ ਡਾਕਟਰੀ ਕਰਨ ਗਿਆ ਆਜ਼ਾਦੀ ਲਈ ਸੀਗੀ ਮੈਡੀਕਲ ਕਾਲਜ ਨਹੀਂ ਖੋਲ ਸਕਦੇ ਇਸ ਸਰਕਾਰੀ ਬੱਚੇ ਰੁੱਲਦੇ ਫਿਰਦੇ ਆ ਸਾਡੇ ਬੁਰੇ ਹਾਲ ਹੈ ਜਿਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਆਉਂਦੀਆਂ ਕੀ ਹਾਲ ਊ ਮਾਪਾਪ ਦਾ ਪੁੱਛੋ ਯਾਰ ਆਵਦੀ ਆਤਮਾ ਨੂੰ ਕੀ ਕਰੀ ਜਾਂਦੇ ਏ ਲੀਟਰੋ ਖਾ ਲੋ ਯਾਰ ਤੀ ਤਾਂ ਮੁਲਕ ਨਹੀਂ ਖਾਣ ਲੱਗ ਗੇ ਜਿਵੇਂ ਇਸ ਤਰ੍ਹਾਂ ਖਾਣ ਲੱਗੇ ਮਰਤਾ ਜਾਣਾ ਇੱਕ ਦਿਨ ਬੱਸ ਕਰੋ ਮੈਂ ਮੰਤ ਕਰਦਾ ਤੁਹਾਡੀ ਇਸ ਦੁੱਖ ਭਰੇ ਟਾਈਮ 'ਚ ਸੀਨ ਦੇਖੋ ਬਣ ਕੇ ਬਰਫ ਪਈ ਵੀ ਉੱਥੇ ਜਿੱਥੇ ਲੜਾਈ ਲੱਗੀ ਐ ਐਡੀ ਐਡੀ ਬਰਫ ਜੜੀ ਪਈ ਐ ਤੇ ਘਰਾਂ ਚੋਂ ਨਿਕਲਦੇ ਬੰਦਾ ਸਾਡੇ ਤਾਂ ਇੰਗਲੈਂਡ ਜਿੱਦੋਂ ਬਰਫ ਪੈਂਦੀ ਘਰੋਂ ਬਾਹਰ ਨਿਕਲਣੋ ਜੀ ਤੇ ਉਹ ਬੱਚਿਆਂ ਨੂੰ ਚੱਕ ਕੇ ਮਾਵਾਂ ਨਿਕਲ ਗਈਆਂ ਬਾਹਰ ਕੋਈ ਬਜ਼ੁਰਗ ਬੁੱਢੇ ਮਾਪੇ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਕੁਸ ਹੈ ਐਂਡ ਕਰੋਨਾ ਵੀ ਹੈ ਲੋਕਾਂ ਨੂੰ ਬੁਰਾ ਹਾਲ ਹੈ ਕਰੋਨਿਕਲ ਦੇ ਬੱਚਿਆਂ ਨੂੰ ਲੈ ਕੇ ਗੌਂਡੀ ਦੇ ਮੁਲਕਾਂ ਨਾਲ ਭੱਜ ਕੇ ਲੋਕ ਪਲੀਜ਼ ਮੈਂ ਤੁਹਾਨੂੰ ਇੰਡੀਆ ਦੇ ਲੀਡਰਾਂ ਨੂੰ ਕਹਿੰਨਾ ਤੁਹਾਨੂੰ ਸ਼ਰਮ ਆਉਂਦੀ ਹੈ ਲੱਖਾਂ ਬੱਚਾ ਸਾਡਾ ਬਰਫਸ ਹੈ ਪਲੀਜ਼ ਮੈਂ ਤੁਹਾਡੀ মিনਤ ਕਰਦਾ ਉਹ ਖਾ ਲੋ ਪਰ ਧਿਆਨ ਨਾਲ ਖਾਓ ਯਾਰ ਹਲੋ ਹਟ ਨਾਦਾ ਹੈ ਨਹੀਂ ਤੁਸੀਂ ਹਾਂ ਅੱਗੇ ਚੱਲਦਾ ਵੀ ਮੇਰੇ ਭਰਾਵੋ ਮੈਂ ਤੁਹਾਨੂੰ ਪੰਜਾਬ ਦੇ ਜਿਹੜੇ ਮੈਡੀਕਲ ਕਾਲਜ ਸੀ ਉਹ ਦੱਸ ਦਿੱਤੇ ਜਿਹੜੇ ਸਾਡੇ ਵੇਲੇ ਸੀਗੇ ਕੁਝ ਪ੍ਰਾਈਵੇਟ ਕਾਲਜ ਸ਼ਾਇਦ ਹੁਣ ਵੱਧ ਗਏ ਹੋਣ ਠੀਕ ਹੈ ਐਂਡ ਮੈਂ ਗਵਰਨਮੈਂਟ ਨੂੰ ਬੇਨਤੀ ਕਰਦਾ ਵੀ ਆਪਾਂ ਇਹਦੇ ਵੱਲ ਧਿਆਨ ਦਿਓ ਸੀਰੀਅਸਲੀ ਸਾਰੇ ਰਲ ਕੇ ਸਾਰੇ ਰਲ ਕੇ ਮੈਂ ਕਿ ਇਹ ਨਹੀਂ ਸੰਤ ਸਮਾਜ ਨੂੰ ਵੀ ਕਹਿੰਨਾ ਸੋਨੇ ਕਾਲਜ ਬਣਾਈਏ ਬਾਬਾ ਜੀ ਰਲ ਕੇ ਆਪਾਂ ਠੀਕ ਹੈ ਗਵਰਨਮੈਂਟ ਨੂੰ ਵੀ ਕਹਿ ਰਹੇ ਆ ਪ੍ਰਾਈਵੇਟ ਸੈਕਟਰ ਨੂੰ ਵੀ ਜ਼ੋਰ ਪਾ ਕੇ ਕਹਿ ਰਹੇ ਆਂ ਵੀ ਮੈਡੀਕਲ ਕਾਲਜਾਂ ਤੇ ਜ਼ੋਰ ਦਿੱਤਾ ਜਾਵੇ। ਉਹਦੇ ਨਾਲ ਸਾਡੇ ਕੋਲੇ ਡਾਕਟਰ